ਪੰਜਾਬ ਦੇ ਫੇਮਸ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਨੂੰ ਮੋਹਾਲੀ ਦੀ ਅਦਾਲਤ ਵੱਲੋਂ ਸੰਮਨ ਕੀਤਾ ਗਿਆ, 20 ਅਗਸਤ ਨੂੰ ਪੇਸ਼ ਹੋਣ ਵਾਸਤੇ ਕਿਹਾ ਗਿਆ। ਤੁਹਾਨੂੰ ਦੱਸ ਦਈਏ ਕਿ 2018 31 ਮਈ ਇੱਕ ਕਾਲ ਆਈ ਸੀ, ਇੱਕ ਮੈਸੇਜ ਪਹੁੰਚਿਆ ਸੀਗਾ, ਜਿਹੜੀ ਸ਼ਿਕਾਇਤ ਗਿੱਪੀ ਗਰੇਵਾਲ ਨੇ ਪੁਲਿਸ ਨੂੰ ਦਿੱਤੀ ਸੀ, ਔਰ ਉਹਦੇ ਵਿੱਚ ਐਕਸਟੋਰਸ਼ਨ ਤੇ ਧਮਕਾਉਣ ਦੀ ਜਿਹੜੀ ਹੈਗੀ ਹੈ ਉਹਦੇ ਮਾਮਲਾ ਦਰਜ ਹੋਇਆ ਸੀਗਾ ਕਿ ਇੱਕ ਨਾਮੀ ਗੈਂਗਸਟਰਸ ਵੱਲੋਂ ਉਹਨਾਂ ਨੂੰ ਧਮਕਾਇਆ ਗਿਆ ਤੇ ਐਕਸਟੋਰਸ਼ਨ ਜਿਹੜੀ ਹੈ ਉਹ ਮੰਗੀ ਜਾ ਰਹੀ ਹੈ, ਜਿਹਦੇ ਖਿਲਾਫ ਮਾਮਲਾ ਦਰਜ ਹੋਇਆ ਸੀਗਾ ਮੋਹਾਲੀ ਦੇ ਫੇਸ 8 ਥਾਣੇ ਦੇ ਵਿੱਚ। ਹਾਲਾਂਕਿ ਉਸੀ ਨੂੰ ਲੈ ਕੇ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਗਈ ਤੇ ਗਵਾਹੀ ਦੇਣ ਵਾਸਤੇ ਗਿੱਪੀ ਗਰੇਵਾਲ ਨੂੰ ਪੇਸ਼ ਹੋਣ ਵਾਸਤੇ ਕਿਹਾ ਸੀਗਾ, ਲੇਕਿਨ ਪਿਛਲੇ ਦਿਨਾਂ ਤੋਂ ਗਰੇਵਾਲ ਪੇਸ਼ ਨਹੀਂ ਹੋਏ। 24 ਜੁਲਾਈ ਨੂੰ ਵੀ ਪੇਸ਼ ਹੋਣ ਦੀ ਜਿਹੜੀ ਤਾਰੀਖ ਸੀ ਉਸ ਵੇਲੇ ਵੀ ਗਿੱਪੀ ਗਰੇਵਾਲ ਪੇਸ਼ ਨਹੀਂ ਹੋਏ ਕੋਰਟ ਦੇ ਵਿੱਚ, ਤੇ ਹੁਣ 20 ਅਗਸਤ ਨੂੰ ਪੇਸ਼ ਹੋਣ ਵਾਸਤੇ ਸੰਮਨ ਕੀਤਾ ਗਿਆ, ਕਿਉਂਕਿ ਗਵਾਹੀ ਬਹੁਤ ਜ਼ਰੂਰੀ ਹੁੰਦੀ ਸੀ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਜਿਹੜੇ ਇਨਵੈਸਟੀਗੇਸ਼ਨ ਆਫਿਸਰ ਸੀਗੇ ਪਿਛਲੇ ਦਿਨੇ ਉਹਨਾਂ ਨੂੰ ਵੀ ਬੁਲਾਇਆ ਗਿਆ ਸੀਗਾ, ਉਹਨਾਂ ਨੂੰ ਵੀ ਗਵਾਹੀ ਦੇਣ ਵਾਸਤੇ ਬੁਲਾਇਆ ਗਿਆ ਸੀਗਾ, ਲੇਕਿਨ ਹੁਣ ਗਿੱਪੀ ਗਰੇਵਾਲ ਨੂੰ ਸੰਮਨ ਹੋਇਆ ਤੇ 20 ਅਗਸਤ ਨੂੰ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਵਾਸਤੇ ਕਿਹਾ ਤੇ ਪੂਰੀ ਜਿਹੜੀ ਵੀ ਉਹਨਾਂ ਨੇ ਐਲੀਗੇਸ਼ਨ ਲਾਇਆ ਸੀਗਾ, ਮਾਮਲਾ ਦਰਜ ਹੋਇਆ ਸੀਗਾ, ਇਨਵੈਸਟੀਗੇਸ਼ਨ 'ਚ ਕੀ ਹੋਇਆ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਉਹਨਾਂ ਦੀ ਗਵਾਹੀ ਜਿਹੜੀ ਹੈ ਉਹ ਹੋਣ ਵਾਲੀ ਹੈ, ਇਸ ਕਰਕੇ 20 ਅਗਸਤ ਦਾ ਸੰਮਨ ਦਿੱਤਾ ਗਿਆ। ਹਾਲਾਂਕਿ ਹਜੇ ਤੱਕ ਜਿਹੜੀ ਜਾਣਕਾਰੀ ਮਿਲੀ ਹੈ ਕਿ ਆਪਣੀ ਫਿਲਮ ਨੂੰ ਲੈ ਕੇ ਵਿਦੇਸ਼ 'ਚ ਨੇ ਗਿੱਪੀ ਗਰੇਵਾਲ, ਤੇ ਹੁਣ ਆਉਂਦੇ ਜਾਂ ਨਹੀਂ ਆਉਂਦੇ ਇਹ ਦੇਖਣਾ ਬਹੁਤ ਅਹਿਮ ਹੋਵੇ। ਪੰਜਾਬ ਦੇ ਫੇਮਸ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਨੂੰ ਮੋਹਾਲੀ ਦੀ ਅਦਾਲਤ ਵੱਲੋਂ ਸੰਮਨ ਕੀਤਾ ਗਿਆ, 20 ਅਗਸਤ ਨੂੰ ਪੇਸ਼ ਹੋਣ ਵਾਸਤੇ ਕਿਹਾ ਗਿਆ। ਤੁਹਾਨੂੰ ਦੱਸ ਦਈਏ ਕਿ 2018 31 ਮਈ ਇੱਕ ਕਾਲ ਆਈ ਸੀ, ਇੱਕ ਮੈਸੇਜ ਪਹੁੰਚਿਆ ਸੀਗਾ, ਜਿਹੜੀ ਸ਼ਿਕਾਇਤ ਗਿੱਪੀ ਗਰੇਵਾਲ ਨੇ ਪੁਲਿਸ ਨੂੰ ਦਿੱਤੀ ਸੀ, ਔਰ ਉਹਦੇ ਵਿੱਚ ਐਕਸਟੋਰਸ਼ਨ ਤੇ ਧਮਕਾਉਣ ਦੀ ਜਿਹੜੀ ਹੈਗੀ ਹੈ ਉਹਦੇ ਮਾਮਲਾ ਦਰਜ ਹੋਇਆ ਸੀਗਾ ਕਿ ਇੱਕ ਨਾਮੀ ਗੈਂਗਸਟਰਸ ਵੱਲੋਂ ਉਹਨਾਂ ਨੂੰ ਧਮਕਾਇਆ ਗਿਆ ਤੇ ਐਕਸਟੋਰਸ਼ਨ ਜਿਹੜੀ ਹੈ ਉਹ ਮੰਗੀ ਜਾ ਰਹੀ ਹੈ, ਜਿਹਦੇ ਖਿਲਾਫ ਮਾਮਲਾ ਦਰਜ ਹੋਇਆ ਸੀਗਾ ਮੋਹਾਲੀ ਦੇ ਫੇਸ 8 ਥਾਣੇ ਦੇ ਵਿੱਚ। ਹਾਲਾਂਕਿ ਉਸੀ ਨੂੰ ਲੈ ਕੇ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਗਈ ਤੇ ਗਵਾਹੀ ਦੇਣ ਵਾਸਤੇ ਗਿੱਪੀ ਗਰੇਵਾਲ ਨੂੰ ਪੇਸ਼ ਹੋਣ ਵਾਸਤੇ ਕਿਹਾ ਸੀਗਾ, ਲੇਕਿਨ ਪਿਛਲੇ ਦਿਨਾਂ ਤੋਂ ਗਰੇਵਾਲ ਪੇਸ਼ ਨਹੀਂ ਹੋਏ। 24 ਜੁਲਾਈ ਨੂੰ ਵੀ ਪੇਸ਼ ਹੋਣ ਦੀ ਜਿਹੜੀ ਤਾਰੀਖ ਸੀ ਉਸ ਵੇਲੇ ਵੀ ਗਿੱਪੀ ਗਰੇਵਾਲ ਪੇਸ਼ ਨਹੀਂ ਹੋਏ ਕੋਰਟ ਦੇ ਵਿੱਚ, ਤੇ ਹੁਣ 20 ਅਗਸਤ ਨੂੰ ਪੇਸ਼ ਹੋਣ ਵਾਸਤੇ ਸੰਮਨ ਕੀਤਾ ਗਿਆ, ਕਿਉਂਕਿ ਗਵਾਹੀ ਬਹੁਤ ਜ਼ਰੂਰੀ ਹੁੰਦੀ ਸੀ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਜਿਹੜੇ ਇਨਵੈਸਟੀਗੇਸ਼ਨ ਆਫਿਸਰ ਸੀਗੇ ਪਿਛਲੇ ਦਿਨੇ ਉਹਨਾਂ ਨੂੰ ਵੀ ਬੁਲਾਇਆ ਗਿਆ ਸੀਗਾ, ਉਹਨਾਂ ਨੂੰ ਵੀ ਗਵਾਹੀ ਦੇਣ ਵਾਸਤੇ ਬੁਲਾਇਆ ਗਿਆ ਸੀਗਾ, ਲੇਕਿਨ ਹੁਣ ਗਿੱਪੀ ਗਰੇਵਾਲ ਨੂੰ ਸੰਮਨ ਹੋਇਆ ਤੇ 20 ਅਗਸਤ ਨੂੰ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਵਾਸਤੇ ਕਿਹਾ ਤੇ ਪੂਰੀ ਜਿਹੜੀ ਵੀ ਉਹਨਾਂ ਨੇ ਐਲੀਗੇਸ਼ਨ ਲਾਇਆ ਸੀਗਾ ਮਾਮਲਾ ਦਰਜ ਹੋਇਆ ਸੀਗਾ ਇਨਵੈਸਟੀਗੇਸ਼ਨ 'ਚ ਕੀ ਹੋਇਆ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਉਹਨਾਂ ਦੀ ਗਵਾਹੀ ਜਿਹੜੀ ਹੈ ਉਹ ਹੋਣ ਵਾਲੀ ਹੈ, ਇਸ ਕਰਕੇ 20 ਅਗਸਤ ਦਾ ਸੰਮਨ ਦਿੱਤਾ ਗਿਆ। ਹਾਲਾਂਕਿ ਹਜੇ ਤੱਕ ਜਿਹੜੀ ਜਾਣਕਾਰੀ ਮਿਲੀ ਹੈ ਕਿ ਆਪਣੀ ਫਿਲਮ ਨੂੰ ਲੈ ਕੇ ਵਿਦੇਸ਼ 'ਚ ਨੇ ਗਿੱਪੀ ਗਰੇਵਾਲ, ਤੇ ਹੁਣ ਆਉਂਦੇ ਜਾਂ ਨਹੀਂ ਆਉਂਦੇ ਇਹ ਦੇਖਣਾ ਬਹੁਤ ਅਹਿਮ ਹੋਵੇ। ਪੰਜਾਬ ਦੇ ਫੇਮਸ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਨੂੰ ਮੋਹਾਲੀ ਦੀ ਅਦਾਲਤ ਵੱਲੋਂ ਸੰਮਨ ਕੀਤਾ ਗਿਆ, 20 ਅਗਸਤ ਨੂੰ ਪੇਸ਼ ਹੋਣ ਵਾਸਤੇ ਕਿਹਾ ਗਿਆ। ਤੁਹਾਨੂੰ ਦੱਸ ਦਈਏ ਕਿ 2018 31 ਮਈ ਇੱਕ ਕਾਲ ਆਈ ਸੀ, ਇੱਕ ਮੈਸੇਜ ਪਹੁੰਚਿਆ ਸੀਗਾ, ਜਿਹੜੀ ਸ਼ਿਕਾਇਤ ਗਿੱਪੀ ਗਰੇਵਾਲ ਨੇ ਪੁਲਿਸ ਨੂੰ ਦਿੱਤੀ ਸੀ, ਔਰ ਉਹਦੇ ਵਿੱਚ ਐਕਸਟੋਰਸ਼ਨ ਤੇ ਧਮਕਾਉਣ ਦੀ ਜਿਹੜੀ ਹੈਗੀ ਹੈ ਉਹਦੇ ਮਾਮਲਾ ਦਰਜ ਹੋਇਆ ਸੀਗਾ ਕਿ ਇੱਕ ਨਾਮੀ ਗੈਂਗਸਟਰਸ ਵੱਲੋਂ ਉਹਨਾਂ ਨੂੰ ਧਮਕਾਇਆ ਗਿਆ ਤੇ ਐਕਸਟੋਰਸ਼ਨ ਜਿਹੜੀ ਹੈ ਉਹ ਮੰਗੀ ਜਾ ਰਹੀ ਹੈ, ਜਿਹਦੇ ਖਿਲਾਫ ਮਾਮਲਾ ਦਰਜ ਹੋਇਆ ਸੀਗਾ ਮੋਹਾਲੀ ਦੇ ਫੇਸ 8 ਥਾਣੇ ਦੇ ਵਿੱਚ। ਹਾਲਾਂਕਿ ਉਸੀ ਨੂੰ ਲੈ ਕੇ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਗਈ ਤੇ ਗਵਾਹੀ ਦੇਣ ਵਾਸਤੇ ਗਿੱਪੀ ਗਰੇਵਾਲ ਨੂੰ ਪੇਸ਼ ਹੋਣ ਵਾਸਤੇ ਕਿਹਾ ਸੀਗਾ, ਲੇਕਿਨ ਪਿਛਲੇ ਦਿਨਾਂ ਤੋਂ ਗਰੇਵਾਲ ਪੇਸ਼ ਨਹੀਂ ਹੋਏ। 24 ਜੁਲਾਈ ਨੂੰ ਵੀ ਪੇਸ਼ ਹੋਣ ਦੀ ਜਿਹੜੀ ਤਾਰੀਖ ਸੀ ਉਸ ਵੇਲੇ ਵੀ ਗਿੱਪੀ ਗਰੇਵਾਲ ਪੇਸ਼ ਨਹੀਂ ਹੋਏ ਕੋਰਟ ਦੇ ਵਿੱਚ, ਤੇ ਹੁਣ
20 ਅਗਸਤ ਨੂੰ ਪੇਸ਼ ਹੋਣ ਵਾਸਤੇ ਸੰਮਨ ਕੀਤਾ ਗਿਆ ਕਿਉਂਕਿ ਗਵਾਹੀ ਬਹੁਤ ਜ਼ਰੂਰੀ ਹੁੰਦੀ ਸੀ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਜਿਹੜੇ ਇਨਵੈਸਟੀਗੇਸ਼ਨ ਆਫਿਸਰ ਸੀਗੇ ਪਿਛਲੇ ਦਿਨ, ਉਹਨਾਂ ਨੂੰ ਵੀ ਬੁਲਾਇਆ ਗਿਆ ਸੀਗਾ, ਉਹਨਾਂ ਨੂੰ ਵੀ ਗਵਾਹੀ ਦੇਣ ਵਾਸਤੇ ਬੁਲਾਇਆ ਗਿਆ ਸੀਗਾ, ਲੇਕਿਨ ਹੁਣ ਗਿੱਪੀ ਗਰੇਵਾਲ ਨੂੰ ਸੰਮਨ ਹੋਇਆ ਹੈ ਅਤੇ 20 ਅਗਸਤ ਨੂੰ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਵਾਸਤੇ ਕਿਹਾ ਹੈ ਅਤੇ ਪੂਰੀ ਜਿਹੜੀ ਵੀ ਉਹਨਾਂ ਨੇ ਐਲੀਗੇਸ਼ਨ ਲਾਇਆ ਸੀਗਾ, ਮਾਮਲਾ ਦਰਜ ਹੋਇਆ ਸੀਗਾ, ਇਨਵੈਸਟੀਗੇਸ਼ਨ 'ਚ ਕੀ ਹੋਇਆ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਉਹਨਾਂ ਦੀ ਗਵਾਹੀ ਜਿਹੜੀ ਹੈ ਉਹ ਹੋਣ ਵਾਲੀ ਹੈ, ਇਸ ਕਰਕੇ 20 ਅਗਸਤ ਦਾ ਸੰਮਨ ਦਿੱਤਾ ਗਿਆ। ਹਾਲਾਂਕਿ ਹਜੇ ਤੱਕ ਜਿਹੜੀ ਜਾਣਕਾਰੀ ਮਿਲੀ ਹੈ ਕਿ ਆਪਣੀ ਫਿਲਮ ਨੂੰ ਲੈ ਕੇ ਵਿਦੇਸ਼ 'ਚ ਨੇ ਗਿੱਪੀ ਗਰੇਵਾਲ, ਅਤੇ ਹੁਣ ਆਉਂਦੇ ਜਾਂ ਨਹੀਂ ਆਉਂਦੇ ਇਹ ਦੇਖਣਾ ਬਹੁਤ ਅਹਿਮ ਹੋਵੇਗਾ।